ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਈਵਨਿੰਗ। ਸ਼ਾਮਾਂ ਪੈ ਗਈਆਂ ਆ, ਮੀਂਹ ਵੀ ਬਹੁਤ ਭੱਜ ਪਿਆ ਆ ਅਤੇ ਮੈਨੂੰ ਹੁਣ ਸੱਦਿਆ ਆ ਗਗਨ ਭਰਾ ਨੇ, ਉਹਨੇ ਤਾਂ ਸੱਦਿਆ ਆ, ਉਹਨਾਂ ਨੇ ਨਵੀਂ ਕੋਠੀ ਲਈ ਆ ਅਤੇ ਉਹਨੇ ਹੁਣ ਮੈਨੂੰ ਆਪਣੀ ਨਵੀਂ ਕੋਠੀ ਦਿਖਾਉਣੀ ਆ, ਤਾਂ ਉਹਨੇ ਮੈਨੂੰ ਸੱਦਿਆ ਆ। ਅਤੇ ਗਗਨ ਬਹਿਣ ਲੱਗਾ ਗੱਡੀ ਦੇ ਵਿੱਚ, ਆ ਜਾ ਯਾਰ ਆ ਜਾ। ਆ ਗਿਆ ਗਗਨ ਆਪਣਾ ਭਰਾ, ਕਿੱਦਾਂ? ਠੀਕ ਠਾਕ? ਵਧੀਆ ਠੀਕ ਠਾਕ ਠੀਕ ਠਾਕ ਵਧੀਆ ਵਧੀਆ। ਮੀਂਹ ਪਵਾਤਾ ਜਿਵੇਂ, ਹੈਂ ਪਵਾਤਾ, ਚੱਲ ਵਧੀਆ ਹੋ ਗਿਆ ਯਾਰ, ਠੰਡਾ ਹੋ ਗਿਆ। ਲਓ ਜੀ ਪਹੁੰਚ ਗਏ ਹਾਂ ਗਗਨ ਦੀ ਕੋਠੀ ਦੇਖਣ। ਆਇਆ ਜੀ ਕੋਠੀ ਗਗਨ ਦੀ, ਗੇਟ ਖੁੱਲ੍ਹ ਗਏ ਆ। ਲਓ ਵੀ ਪਹੁੰਚ ਗਏ ਆਪਾਂ ਗਗਨ ਦੀ ਕੋਠੀ ਦੇ ਕੋਲ, ਤੁਹਾਨੂੰ ਕੋਠੀ ਦਿਖਾਉਂਦੇ ਹਾਂ। ਗਗਨ ਜਾਣ ਦਿਆ ਤੁਰਿਆ ਕੋਠੀ ਦਿਖਾਉਣ, ਗੱਡੀ ਲੋਕ ਕਰ ਦਈਏ। ਗਗਨ ਦੀ ਕੋਠੀ, ਬਹੁਤ ਵਧੀਆ ਹਲੇ ਬਾਹਰਲਾ ਡਿਜ਼ਾਇਨ ਹੈ ਗਗਨ, ਬਾਹਰਲਾ ਡਿਜ਼ਾਇਨ ਮੇਰੀ ਲਿਆਤੀ ਹੈ, ਉਸ ਤਾਂ ਹੀ ਆ ਨਾ। ਠੀਕ ਆ, ਵਧੀਆ ਯਾਰ। ਸੀਲਿੰਗ ਚੱਲਣ ਦੀ ਆ, ਸਾਡੇ 'ਚ ਕੰਮ ਚੱਲਣ ਦਿਆ ਆ। ਮੈਂ ਕਿਹਾ ਤਾਂ ਰੈਡੀ ਆ ਚੱਲਣ। ਲਓ ਜੀ ਗਗਨ ਦੀ ਦੇਖ ਲਈ ਆ ਕੋਠੀ, ਹੁਣ ਗਗਨ ਚੱਲਾ ਆਪਾਂ ਨੂੰ ਨਿੱਕੀ ਜਿਹੀ ਪਾਰਟੀ ਦੇਣ। ਸਾਬੇ ਸਾਬੇ ਚੱਲ ਜਿੱਥੇ ਮਰਜ਼ੀ ਲੈ ਕੇ ਜਾਵੇ, ਜਿੱਥੇ ਮੇਰਾ ਵੀਰ ਕਹਿ ਦੂ। ਵੀਰ ਨੇ ਪਹਿਲੀ ਵਾਰੀ ਗਿਆ ਜੀ ਮੈਨੂੰ, ਆ ਰਹਿਣ ਲੱਗਿਆ ਗੱਡੀ 'ਚ। ਗੱਡੀ ਠੰਡੀ ਆ, ਸਾਡਾ ਤਾਇਆ ਜੀ ਇਹ ਜਿੰਦੇ ਪਿੰਡ ਰਹਿੰਦਾ ਜੀ, ਇਹਨੇ ਗੱਡੀ ਦੇ ਅੱਗੇ ਆ ਗਿਆ ਸਾਡੀ ਦੇ, ਗੱਡੀ ਰੋਕ ਹੀ ਲਈ, ਕਹਿੰਦਾ ਅਜੇ ਮਿਲਣਾ ਹੀ ਮਿਲਣਾ ਇਹਨੂੰ। ਤੁਹਾਡੀ ਆਸਰੇ ਆਪਾਂ ਤੇਰੇ ਕਰੀ ਦੇ ਆ। ਤੇਰੇ ਕੋਲ ਆਇਆ ਕਰਨਾ, ਆ ਕੇ ਤੈਨੂੰ ਮੈਂ ਮਿਲਿਆ ਕਰਨਾ, 25-27 ਦਿਨ ਹਫ਼ਤੇ ਬਾਅਦ ਆਵਾ ਮੈਂ ਕਿਹਾ ਯਾਰ। ਹੋਰ ਫਿਰ ਲੈ ਚੱਲੀਏ, ਇਸ ਘਰ 'ਚ 30-40 ਸਾਲ ਗਾਲੇ ਹੋਏ ਸਾਨੂੰ, ਫਿਰ ਆਪਾਂ ਛੱਡ ਸਕਦੇ ਘਰ ਚੰਗਾ ਫਿਰ। ਲਓ ਬਈ ਗਗਨ ਭਰਾ ਲੈ ਚੱਲਦਾ ਆਪਾਂ ਨੂੰ ਸਬਵੇ। ਅੱਜ ਪਾਲਟੀ ਨਿੱਕੀ ਜੀ, ਪਾਲਟੀ ਨਿੱਕੀ ਜੀ ਵੱਡੀ ਕਰਾਂਗੇ, ਪੂਰੀ ਕੰਪਲੀਟ ਹੋ ਜਾਊਗੀ ਵੱਡੀ, ਉਦੋਂ ਕਰੂਗੇ ਜਦੋਂ ਮੁਹੂਰਤ ਕਰੂਗੇ, ਜਦੋਂ ਆਊਗੇ ਕੋਠੀ 'ਚ। ਹਜੇ ਤਾਂ ਬਣਨ ਦੇ ਹੀ ਆ, ਆ ਗਿਆ ਸਬਵੇ। ਗਗਨ ਸਿੰਘ ਆਪਾਂ ਨੂੰ ਖਵਾਊਗਾ ਸਬਵੇ। ਬਾਅਦ 'ਚ ਦੇ ਦਿੰਦੇ ਦੇ ਦੇ ਦੇਣੇ ਨੇ ਗਗਨ ਸਿੰਘ, ਬੇਲਕਸਾਂ ਲੱਗਾ ਅੱਜ ਮੈਚ ਲੱਗਾ। ਆਓ ਲਿਆਓ ਆਓ, ਪੈਪਸੀ 100 ਡਰਿੰਕ ਥੋੜ੍ਹਾ ਹੁੰਦੀ ਹੈ। ਆਓ ਆਓ
ਕੋਠੀ ਤੁਸੀਂ ਦੇਖ ਲਈ, ਪਾਰਟੀ ਵੀ ਗਗਨ ਸਿੰਘ ਨੇ ਕਰ ਦਿੱਤੀ। ਹੁਣ ਚੱਲੇ ਹਾਂ ਘਰ ਨੂੰ। ਗਗਨ ਸਿੰਘ ਕਹਿੰਦਾ ਮੈਂ ਗੁਰਦੁਆਰੇ ਜਾਣਾ ਆ, ਅਤੇ ਮੈਂ ਜਾਣਾ ਗਗਨ ਸਿੰਘ ਗੁਰਦੁਆਰੇ ਛੱਡ ਕੇ ਮੈਂ ਜਾਣਾ ਘਰ ਨੂੰ। ਅਤੇ ਕਿੱਦਾਂ ਦੀ ਲੱਗੀ ਵੀਡੀਓ ਜੀ, ਕਮੈਂਟ ਕਰਕੇ ਦੱਸਿਓ ਅਤੇ ਸ਼ੇਅਰ ਵੀ ਕਰ ਦਿਓ। ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ। ਉਦੋਂ ਤੱਕ ਲਈ ਗੁੱਡ ਬਾਏ, ਸਤਿ ਸ਼੍ਰੀ ਅਕਾਲ।